ਤੇ ਗੱਲ ਕਰਦੇ ਹਾਂ ਸੰਗਰੂਰ ਦੀ, ਜਿੱਥੇ ਬੈਂਕਾਂ ਤੇ ਏਟੀਐਮ ਦੇ ਬਾਹਰ ਲਾਈਨਾਂ ਵਿੱਚ ਲੱਗੇ ਲੋਕਾਂ ਦੀਆਂ ਬੈਂਕ ਕਰਮਚਾਰੀਆਂ ਵੱਲੋਂ ਨਾ ਸਿਰਫ ਮੁਸ਼ਕਲਾਂ ਸੁਣੀਆਂ ਗਈਆਂ ਬਲਕਿ ਬੈਂਕ ਦੇ ਕਰਮਚਾਰੀਆਂ ਵੱਲੋਂ ਲੋਕਾਂ ਨੂੰ ਚਾਹ ਸਮੋਸੇ ਵੀ ਵੰਡੇ ਗਏ। ਇਸ ਤੋਂ ਇਲਾਵਾ ਬੈਂਕਾਂ ਤੇ ਏਟੀਐਮ ਚੋਂ ਪੈਸੇ ਕਢਵਾਉਣ ਲਈ ਆ ਰਹੀਆਂ ਮੁਸ਼ਕਲਾਂ ਅਤੇ ਹੋਰ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਇਹ ਵੀ ਦੱਸਿਆ ਗਿਆ ਕਿ ਕਿੰਨੇ ਪੈਸੇ ਕਢਵਾ ਸਕਦੇ ਹੈ ਅਤੇ ਕਿੰਨੇ ਪੈਸੇ ਜਮ੍ਹਾਂ ਕਰਵਾ ਸਕਦੇ ਹਨ। ਬੈਂਕ ਦੇ ਮੈਨੇਜਰ ਦਾ ਇਸ ਸਭ ਦੇ ਪਿੱਛੇ ਤਰਕ ਸੀ ਕਿ ਉਹਨਾਂ ਤੋਂ ਲੋਕਾਂ ਦੀਆਂ ਮੁਸ਼ਕਲਾਂ ਦੇਖੀਆਂ ਨਹੀਂ ਸੀ ਜਾ ਰਹੀਆਂ, ਜਿਸ ਕਰਕੇ ਉਹਨਾਂ ਨੇ ਪਰੇਸ਼ਾਨੀ ਵਿੱਚ ਘਿਰੇ ਲੋਕਾਂ ਨੂੰ ਕੁਝ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਠੀਕ ਹੈ ਜੀ, ਵਧੀਆ ਗੱਲ ਆ ਵੀ ਸਵੇਰੇ 8 ਵਜੇ ਤੋਂ ਲਾਈਨ ਤੇ ਲੱਗਿਆ ਜੀ, ਭੁੱਖਣ ਪਾਣੀ ਸੀ, ਸਵੇਰੇ ਆਇਆ ਜੀ। ਚਲੋ ਬੈਂਕ ਵਾਲਿਆਂ ਦਾ ਧੰਨਵਾਦ ਜੀ ਜਿਹਨਾਂ ਨੇ ਸਾਨੂੰ ਚਾਹ ਦੇ ਸਮੋਸੇ ਖਵਾਏ ਜੀ। ਠੀਕ ਹੈ, ਹਰ ਇੱਕ ਬੈਂਕ ਨੂੰ ਇਹ ਚਾਹੀਦਾ ਜਿਹੜੇ ਸਵੇਰ ਤੋਂ ਲੋਕ ਇਹਨਾਂ ਨੇ ਲਾਈਨ ਤੇ ਲੱਗੇ ਨੇ। ਦੇਖੋ ਜੀ, ਪਰੇਸ਼ਾਨੀ ਤਾਂ ਆ ਗਈ ਵੀ ਲਾਈਨ ਲੰਬੀ ਹੈਗੀ, ਹਰ ਇੱਕ ਨੂੰ ਲੋੜ ਆ ਗਈ ਘਰ ਚਲਾਉਣ ਲਈ, ਹਰ ਇੱਕ ਨੇ ਲੈਣੀ ਲੈਣ ਨੇ, ਪਰ ਇਹਦੇ ਨਾਲ ਜਿਹੜਾ ਕਾਲਾ ਧਨ ਹੈਗਾ ਉਹਦੇ ਤੋਂ ਬਹੁਤ ਹੋਊਗਾ ਜੀ। ਕੀ ਲਾਈਨ 'ਚ ਲੱਗੇ ਸੀ? ਸਾਡੇ ਪੈਸੇ ਜਮ੍ਹਾਂ ਹੋ ਗਏ ਫਟਾਫਟ, ਹੁਣ ਕਢਾਉਣ ਪਾਸੇ ਲੱਗੇ ਆ, ਬਸ ਮਿਲ ਜਾਣਗੇ ਸਾਡੇ ਪੈਸੇ ਨਿਕਲ। ਬਹੁਤ ਵਧੀਆ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ ਸਿਸਟਮ ਹੈ, ਕੰਮ ਰਾਜ ਨਾਲ ਹੋ ਜਾਂਦਾ ਜੀ, ਠੀਕ ਤਰੀਕੇ ਨਾਲ ਹੋ ਜਾਂਦਾ। बिल्कुल, ये भी हम पीछे भी हम समय समय पर ध्यान रख रहे थे और आज भी हम ये महसूस कर रहे हैं कि जिस तरह से ग्राहकों का इतना बड़ा उत्साह पंजाब नेशनल बैंक के प्रति हो रहा है, तो ये हमारा फर्ज भी बनता है कि हम अपने ग्राहकों की सेवा करें, क्योंकि बैंक ग्राहकों से ही है, बैंक अपने आप नहीं है, अगर ग्राहक है तो बैंक है।